ਅਸਲਾਮ ਵਾਲੇਕੁਮ ਮਾਰਕਾ ਕੀ ਹਾਲ ਹੈ ਅੱਛਾ ਅੱਜ ਤੁਸਾਂ ਮੈਂ ਇੱਕ ਬੜੀ ਤਾਰੀਖੀ ਸ਼ਾਇ ਵਖਾਉਣੀ ਤੇ ਕੋਸ਼ਿਸ਼ ਤਾਂ ਮੈਂ ਇਹ ਕਰੇ ਸਾਂ ਭਾਈ ਇਹ ਸਾਰੀ ਦੀ ਸਾਰੀ ਸਹੀ ਕਰਕੇ ਦਿਸੇ ਪਰ ਉਸ ਦੇ ਉੱਤੇ ਬੂਟੇ ਨ ਬਹੁਤ ਜ਼ਿਆਦਾ ਘਾਟੀ ਛਾਂ ਜਿਹਾ ਆਖ ਨੇ ਨੋ ਥੀ ਹੋਈ ਤੇ ਇਉਣ ਔਖਾ ਹੋਸੀ ਤੁਸਾਂ ਵਿਖਾਉਣਾ ਪਰ ਇਹ ਬੜਾ ਤਾਰੀਖੀ ਖੂ ਹੁਣ ਇਹਦੇ ਇਸਾਂ ਇਹ ਤੱਕ ਨ ਇਸਾਂ ਡੰਗਰੀਆਂ ਵੀ ਮਾਰੀਆਂ ਪਈਆਂ ਤੇ ਪੁਰਾਣੇ ਜ਼ਮਾਨੇ ਚ ਇਹ ਚਲੋ ਇਹ ਥੋੜੀਆਂ ਢਿੰਗਰੀਆਂ ਹਟਾਉਣੇ ਦੀ ਕੋਸ਼ਿਸ਼ ਕਰੇ ਨੇ ਇਹ ਔਰ ਤੱਕੋ ਨਾ ਇਹਨਾਂ ਢਿੰਗਰੀਆਂ ਦੇ ਨਾਲ ਕੰਡੇ ਵੀ ਬਲਾ ਕੋਈ ਡਾਢੇ ਕੰਡੇ ਨੇ ਇਹ ਇਹ ਕੰਡਾ ਤਾਂ ਜਿਹਾ ਲਗੇ ਤੇ ਟਾਇਰ ਵੀ ਪਾੜ ਛੁੜੇ ਨਾ ਤੇ ਅਗਲੇ ਦੜ ਮੈਂ ਵਾਕ ਕਰੇ ਨਾ ਪੈ ਉਸ ਤੇ ਇੱਕ ਮਾ ਬੂਟ ਦੇ ਥਲੋ ਮੈਂ ਦੇ ਪੈਰਾਂ ਪੈ ਗਿਆ ਇਹ ਜਨਾਬ ਇਸਾਂ ਆਖ ਨੇ ਕੁਤਬੇ ਵਾਲਖੂ ਇਹ ਨਸ਼ਾਰਾ ਤਹਿਸੀਲ ਹੈਡਕ quarters ਡਿਸਟ੍ਰਿਕਟ ਖੁਸ਼ਾਬ ਦਾ ਉਸ ਦੇ ਉਬਲੇ ਪਾਸੇ ਵੀ ਬਿਲਕੁਲੀ ਤੇ ਇਹ ਪੁਰਾਣੇ ਜ਼ਮਾਨੇ ਦੇ ਵਿੱਚ ਤਾਂ ਬੜੇ ਦੂਰ ਦੂਰ ਤਾਈ ਕਿਲੋਮੀਟਰਾਂ ਦੇ حساب ਦੂਰ ਦੂਰ ਤਾਈ ਨਾ ਬੰਦੇ ਇਸ ਤੋਂ ਪਾਣੀ ਭਰੇ ਨੇ ਤੇ ਇਹ ਪਾਣੀ ਪੀਉਣੇ ਦੇ ਕੰਮ ਆਉਂਦੇ ਬੜਾ ਸੋਹਣਾ ਪਾਣੀ ਆਉਂਦਾ ਤੇ ਹੁਣ ਤਾਂ ਇਹ ਖਤਮ ਹੋ ਗਿਆ ਇਹ ਇਸੇ ਦੇ ਵਿੱਚ ਖਬਾੜੀ ਦਾ ਬੂਟਾ ਉਗ ਗਿਆ ਖਲੋਤਾ ਜੀ ਤੇ ਇਹ ਖਬਾੜੀ ਸ਼ੋਕੇ ਵਾਦੀ ਸੌਣ ਸਕੇਸਰ ਦਾ ਬੂਟਾ ਇਸ ਵਾਸਤੇ ਇੱਕ ਹੀ ਜਾਈ ਬੀ ਉਗਵਾਨੀਏ ਕਈ ਪਰਿੰਦੇ ਇਸ ਦਾ ਫਲ ਖਾਦੋ ਸੀ ਉਸ ਮਿੱਟੀ ਕੀਤੀ ਹੋ ਸੀ ਉਹ ਕਿਦਾਂ ਹੀ ਨਾ ਕਿਦਾਂ ਹੀ ਇਹ ਮਿੱਟੀ ਦੇ ਵਿੱਚ ਆ ਗਿਆ ਇਹ ਲੋਕਾਂ ਦੀਆਂ ਵਰੇਣੀਆਂ ਤੇ ਬੀ ਉਗਿਆ ਨੀ ਇਹ ਹਿੰਜ ਕੋਣ ਵੇਖੋ ਕਦਨ ਦੇ ਵਿੱਚ ਉਗੀ ਖਲੋਤੀ ਏ ਤੇ ਇਹ ਸਾਰਾ ਵੱਟੇ ਦਾ ਬਣ ਹੋਇਆ ਖੂਵੇ ਉੱਤੇ ਇਹ ਥੋੜੀ ਜਿਹੀਆਂ ਇਟਾਂ ਵੀ ਐਦਿਸ ਨਹੀਂ ਪਾਈਆਂ ਨੇ ਇਟਾਂ ਦਾ ਬੇਸ ਤੇ ਵਾਰ ਦਿੱਤਾ ਹੋਇਆ ਕਦ ਪਾਈ ਹੋਈ ਹੈ ਪਰ ਇਹ ਸਾਰਾ ਬਣਿਆ ਹੋਇਆ ਵੱਟੇ ਦਾ ਹੀ ਹੈ ਤੇ ਇਸ ਬੂਟੇ ਦੀ ਇੱਕ ਹੋਰ ਖੂਬੀ ਇਹ ਹੈ ਭਾਈ ਇਹ ਬਾਕੀ ਤੱਕ ਹੀ ਕੰਮ ਨਹੀਂ ਆਣਾ ਇਹ ਕਿਸ ਦਾ ਫਲ ਛਲ ਖਾਵਣਾ ਉਹਨਾਂ ਫਲ ਇਹ ਹੀ ਹੈ ਇਸ ਇਲਾਕੇ ਦਾ ਜਿਹੜਾ ਕਿ ਕੁਝ ਉਹਦੇ ਬੰਦੇ ਖਾਸ ਸਗਨੇ ਉਹਨੇ ਮਾਂ ਆ ਪਿਆ ਯਾਦ ਹੈ ਇਹ ਗਰਮੀਆਂ ਦੇ ਰੋਜ਼ਾਂ ਦੇ ਵਿੱਚ ਜਾ ਤੱਕ ਜਿਹੜੇ ਨੋਖੋ ਆਣੇ ਨੇ ਜੰਗਲਾਂ ਮੰਗਲਾਂ ਚ ਤੇ ਸ਼ਾਮੀ ਵਾਲੇ ਰੋਜ਼ਾ ਖੋਲਣ ਦੇ ਟਾਈਮ ਤੇ ਇਸਾ ਫਰੂਟ ਦੇ ਤੌਰ ਤੇ ਖਾਦਾ ਵੀ ਵੈਨਾਇਆ